Inspire Punjab TV ਤੇ ਤੁਹਾਡਾ ਸਭ ਦਾ ਸਵਾਗਤ ਹੈ। ਨਵਜੋਤ ਸਿੱਧੂ ਤੇ ਵਿਕਰਮਜੀਤ ਮਜੀਠੀਆ ਦੀ ਜੋ ਜਫੀ ਪਈ ਹੈ। ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਤੰਜ ਕਸੇ ਜਾ ਰਹੇ ਨੇ। ਹਰਨੇਕ ਸਿੰਘ ਨਿਊਜ਼ੀਲੈਂਡ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਦੇ ਵਿੱਚ ਇਹ ਕਹਿੰਦੇ ਆ ਸਿੱਧੂ ਸਾਹਿਬ ਛੂਪ। ਲੱਗਦਾ ਮਜੀਠੀਏ ਤੇ ਸਿੱਧੂ ਦੀ ਜੇਲ੍ਹ 'ਚ ਨੇੜਤਾ ਜ਼ਿਆਦਾ ਹੀ ਵਧ ਗਈ। ਕੀ ਵੱਡੇ ਵੱਡੇ ਬਿਆਨ ਲੋਕਾਂ ਨੂੰ ਜਜ਼ਬਾਤੀ ਕਰਨ ਨੂੰ ਹੀ ਹੁੰਦੇ ਆ? ਲਾਹਨਤ ਵੀ ਛੋਟੀ ਕਰਤੀ ਕਾਗਜ਼ੀ ਸ਼ੇਰਾਂ ਨੇ। ਤੁਸੀਂ ਵੈਸੇ ਇਕੱਠੇ ਹੀ ਹੁੰਦੇ ਹੋ। ਪਰ ਕੀ ਲੋਕਾਂ 'ਚ ਵੈਰ ਪਵਾ ਕੇ ਜਫੀਆਂ ਪਾਉਣੀਆਂ ਸੋਭਾ ਦਿੰਦੀਆਂ ਨੇ ਸਿੱਧੂ ਨੂੰ ਵਧੀਆ ਲੀਟਰ ਮੰਨਦੇ ਸੀ ਪਰ ਜਿਵੇਂ ਲੋਕ ਕਹਿੰਦੇ ਆ ਕਿ ਜਦ ਚੌਧਰ ਨਹੀਂ ਮਿਲਦੀ ਤਾਂ ਸਿੱਧੂ ਜਮਾਂ ਨੀਵੇਂ ਦਰਜੇ ਤੇ ਗਿਰਦਾ ਸੱਚਾ ਸਿੱਧੂ ਸਾਹਿਬ ਕਿੱਥੇ ਗਈ ਲਲਕਾਰੇ ਕਿੱਥੇ ਗਈਆਂ ਦਲੀਲਾਂ ਹੁਣ ਦੱਸ ਦਿਓ ਸਿੱਧੂ ਸਾਹਿਬ ਕੀ ਕਹੀਏ ਤਾਂ ਇਹ ਪੋਸਟ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਸ਼ੇਅਰ ਕੀਤੀ ਆ ਵੈਸੇ ਵੀ ਸੋਸ਼ਲ ਮੀਡੀਆ ਤੇ ਟ੍ਰੈਂਡ ਚੱਲ ਰਿਹਾ ਜਦੋਂ ਵੀ ਕੋਈ ਇਹੋ ਜਿਹਾ ਮੁੱਦਾ ਹੁੰਦਾ ਤਾਂ ਲੋਕਾਂ ਵੱਲੋਂ ਆਪੋ ਆਪਣੇ ਪੱਧਰ ਤੇ ਟ੍ਰੋਲ ਕੀਤਾ ਜਾਂਦਾ ਇਹ ਗੱਲ ਸੋਚਣ ਵਾਲੀ ਹੈ ਜਦੋਂ ਇਹਨਾਂ ਲੀਡਰਾਂ ਦੇ ਪਿੱਛੇ ਲੋਕ ਜੁੰਡੋ ਜੁੰਡੀ ਹੁੰਦੇ ਆ ਛੇਤਰੋ ਛੇਤਰੀ ਹੁੰਦੇ ਆ ਕਚਹਿਰੋ ਕਚਹਿਰੀ ਜਾਂ ਪਰਚੋ ਪਰਚੀ ਹੁੰਦੇ ਆ ਤਾਂ ਉਹਨਾਂ ਨੂੰ ਲੜਨ ਵਾਲਿਆਂ ਨੂੰ ਇਹਨਾਂ ਚੋਂ ਕੋਈ ਵੀ ਵੱਡਾ ਲੀਡਰ ਨਹੀਂ ਜਾਣਦਾ ਪਰ ਅਸੀਂ ਅਕਾਲੀ ਕਾਂਗਰਸੀ ਕਹਿ ਕੇ ਆਪੋ ਆਪਣੇ ਵਿੱਚ ਪਿਆਰ ਆਪਣਤ ਨੂੰ ਖਤਮ ਕਰ ਰਹੇ ਆ ਇਹਨਾਂ ਦੀਆਂ ਦੇਖ ਲਓ ਜਫੀਆਂ ਪਾਈ ਰਹੀਆਂ ਨੇ ਬਾਕੀ ਤੁਹਾਡੇ ਸਭ ਦੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ